ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਹੜ੍ਹ ਪ੍ਰਭਾਵਿਤ ਪਿੰਡ ਚੰਦਪੁਰ ਬੇਲਾ ਵਿਖੇ ਯੂਨਾਈਟਿਡ ਸਿੱਖ ਸੰਸਥਾ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਪਸ਼ੂਆਂ ਦੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਵੀ ਮਾਹਿਰ ਡਾਕਟਰਾਂ ਵੱਲੋਂ ਪਸ਼ੂਆਂ ਨੂੰ ਹੜ੍ਹ ਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਵੀ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੀ ਸ਼ੁਰੂਆਤ ਕਿਲ੍ਹਾ ਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਹਰਭਜਨ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਸ਼ੂਆਂ ਅਤੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਵੰਡੀਆਂ ਗਈਆਂ। ਮਰੀਜ਼ ਜ਼ਿਆਦਾਤਰ ਬੁਖਾਰ ਦੇ ਹੈ, ਗਲੇ ਖਰਾਬ ਦੇ ਹੈ, ਖਾਂਸੀ ਦੇ ਹੈ, ਚਮੜੀ ਦੇ ਰੋਗਾਂ ਦੇ ਹੈ, ਔਰ ਖਾਰਸ਼ ਦੇ ਹੈ, ਚਮੜੀ ਦੇ ਰੋਗਾਂ ਦੇ ਖਾਰਸ਼ ਦੇ ਹੈ, ਜਾਂ ਡਾਇਰੀਏ ਦੇ ਕੇਸਿਸ ਹੈ, ਜ਼ਿਆਦਾ ਕਾਮਨ ਕੇਸਿਸ ਕਾਮਨ ਕੇਸਿਸ। ਅਨੰਦਪੁਰ ਸਾਹਿਬ ਤੋਂ ਬਿਮਲ ਸੈਣੀ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। Hello friends, my name is Pranay and I am a student and only 20 years old. Bodyfab Medical Weight Loss Clinic join karne se pehle, I was weighing around 106 kgs. After joining Bodyfab, I have seen a drastic change. To slash down my weight to 85 kgs to lead a very healthy and active lifestyle. Right decision and join Bodyfab Medical Weight Loss Clinic. Oh yeah. ਸਾ